ਇਸ ਕਰਕੇ ਸਾਧ ਸੰਗਤ ਜੀ ਜਿਹੜੇ ਸ਼ਹੀਦ ਹੁੰਦੇ ਆ ਨਾ, ਜਦੋਂ ਧਰਮ ਦੀ ਖਾਤਰ ਆਪਾਂ ਕੁਰਬਾਨ ਕਰ ਦਿੰਦੇ ਹੈ, ਉਹ ਸਾਡੀ ਵਿਲੱਖਣ ਹੋਂਦ ਹਸਤੀ ਨੂੰ ਦੁਨੀਆ ਵਿੱਚ ਹਮੇਸ਼ਾ ਲਈ ਬਰਕਰਾਰ ਰੱਖਣ ਵਾਸਤੇ ਕੁਰਬਾਨੀ ਦਿੰਦੇ ਹੈ। ਸ਼ਹੀਦਾਂ ਦੀ ਕੁਰਬਾਨੀ ਤੋਂ ਬਿਨਾਂ ਕਿਸੇ ਵੀ ਦੁਨੀਆ ਦੇ ਅੰਦਰ ਕਿਸੇ ਕੌਮ ਦੀ ਅੱਜ ਤੱਕ ਤਰੱਕੀ ਨਹੀਂ ਹੋਈ। ਕਿਸੇ ਈਸਾਈ ਪ੍ਰਚਾਰਕ ਨੇ ਗੱਲ ਆਖੀ ਸੀ ਕਿਸੇ ਸਮੇਂ, ਕਿਹਾ ਦੁਨੀਆ ਦੇ ਲੋਕੋ, ਸਾਡੇ ਅੰਦਰ ਕੇਵਲ ਇੱਕ ਸ਼ਹਾਦਤ ਦੇਣ ਵਾਲੇ, ਸ਼ਹੀਦੀ ਦੇਣ ਵਾਲੇ ਸਾਡੇ ਪੈਗੰਬਰ ਹਜ਼ਰਤ ਈਸਾ ਹੋਏ। ਅਸੀਂ ਇੱਕ ਈਸਾ ਜੀ ਦੀ ਸ਼ਹਾਦਤ ਦੇ ਬਦਲੇ ਦੁਨੀਆ ਵਿੱਚ ਸਭ ਤੋਂ ਵੱਡਾ ਧਰਮ, ਈਸਾਈ ਧਰਮ ਸਥਾਪਿਤ ਕਰ ਦਿੱਤਾ, ਪਰ ਨਾਲ ਸਾਨੂੰ ਉਲਾਂਭਾ ਦਿੱਤਾ ਕਿ ਸਿੱਖੋ, ਤੁਹਾਡੇ ਅੰਦਰ ਇੱਕ ਸ਼ਹੀਦ ਨਹੀਂ, ਦੋ ਸ਼ਹੀਦ ਨਹੀਂ, ਤੁਹਾਡੇ ਦੋ ਗੁਰੂ ਸਾਹਿਬਾਨ ਸ਼ਹੀਦ ਹੋਏ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਔਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਔਰ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ, ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਔਰ ਸਤਿਗੁਰਾਂ ਦੇ ਮਾਤਾ, ਧੰਨ ਮਾਤਾ ਗੁਜਰੀ ਸਾਹਿਬ ਜੀ। ਇਸ ਤੋਂ ਇਲਾਵਾ ਇੰਨੇ ਕੁ ਸਿੱਖ ਸ਼ਹੀਦ ਹੋਏ ਹੈ, ਉਹ ਈਸਾਈ ਵਿਦਵਾਨ ਲਿਖਦਾ ਕਹਿੰਦਾ, ਜੇ ਮੈਂ ਗਿਣਤੀ ਕਰਾਂ ਜਾਂ ਇਹ ਸੋਚ ਆਪਣੇ ਦਿਮਾਗ ਵਿੱਚ ਲਿਆਵਾਂ ਨਿਰਣੇ ਪੂਰਵਕ, ਤਾਂ ਸਿੱਖ ਕੌਮ ਦੇ ਵਿੱਚ ਜਿਹੜਾ ਬੱਚਾ ਜੰਮਦਾ ਉਹ ਸ਼ਹੀਦ ਹੀ ਹੁੰਦਾ ਹੈ। ਪਰ ਕਹਿੰਦਾ ਅਸੀਂ ਇੱਕ ਸ਼ਹੀਦ ਦੀ ਕੁਰਬਾਨੀ ਦੇ ਬਦਲੇ ਸਾਰੀ ਦੁਨੀਆ ਵਿੱਚ ਆਪਣਾ ਧਰਮ ਬਣਾ ਲਿਆ, ਸਥਾਪਿਤ ਕਰ ਲਿਆ, ਦੁਨੀਆ ਵਿੱਚ ਸਭ ਤੋਂ ਵੱਡਾ ਈਸਾਈ ਧਰਮ ਦਾ, ਸਾਡੇ ਧਰਮ ਦਾ ਰਾਜ ਹੈ। ਪਰ ਸਿੱਖਾਂ ਦੀ ਅਣਗਹਿਲੀ ਔਰ ਅਵੇਸਲੇਪਣ ਕਰਕੇ ਸਿੱਖ ਅਜੇ ਤੱਕ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਆਪਣਾ ਰਾਜ ਨਹੀਂ ਸਥਾਪਿਤ ਕਰ ਸਕੇ। ਕਹਿੰਦਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਿੱਖ ਆਪਣੇ ਧਰਮ ਤੋਂ ਵੀ, ਆਪਣੇ ਸ਼ਹੀਦਾਂ ਦੇ ਪਾਏ ਪੂਰਨਿਆਂ ਤੋਂ ਵੀ ਦਿਨ ਬ ਦਿਨ ਦੂਰ ਹੁੰਦੇ ਜਾ ਰਹੇ ਹੈ, ਜਿਹੜਾ ਸਿੱਖਾਂ ਲਈ ਸਭ ਤੋਂ ਵੱਡਾ ਪਤਨ ਦਾ, ਗਿਰਾਵਟ ਦਾ ਇੱਕ ਦਿਨ ਕਾਰਨ ਬਣੇਗਾ। ਸੋ ਸਾਧ ਸੰਗਤ ਜੀ, ਸ਼ਹੀਦਾਂ ਦੀ ਕੁਰਬਾਨੀ ਕਰਕੇ ਹੀ ਧਰਮ ਦੁਨੀਆ ਵਿੱਚ ਸਦਾ ਬਰਕਰਾਰ ਰਹਿੰਦਾ। ਜੇ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਸ਼ਹਾਦਤ ਨਾ ਦਿੰਦੇ, ਤਾਂ ਅੱਜ ਹਿੰਦੂ ਧਰਮ ਦੁਨੀਆ ਵਿੱਚ ਹਿੰਦੂ ਧਰਮ ਨਾ ਹੁੰਦਾ। ਈਸਾਈ ਧਰਮ ਦੇ ਰਹਿਬਰ ਈਸਾ ਦੀ ਸ਼ਹਾਦਤ ਨਾ ਦਿੰਦੇ, ਅੱਜ ਈਸਾਈ ਧਰਮ ਨਹੀਂ ਦੁਨੀਆ ਵਿੱਚੋਂ ਕਿਤੇ ਲੱਭਣਾ ਸੀ। ਇਸਲਾਮ ਧਰਮ ਦੇ ਸ਼ਹੀਦ ਨਾ ਹੁੰਦੇ ਤਾਂ ਦੁਨੀਆ ਵਿੱਚ ਇਸਲਾਮ ਵੀ ਨਜ਼ਰ ਨਹੀਂ ਆਉਣਾ ਸੀ। ਅਤੇ ਜੇ ਸਾਡੇ ਸਿੱਖ ਪੰਥ ਦੇ ਸ਼ਹੀਦ ਦੁਨੀਆ ਵਿੱਚ ਨਾ ਹੁੰਦੇ, ਤਾਂ ਅੱਜ ਦੁਨੀਆ ਵਿੱਚ ਸਾਨੂੰ ਕਿਤੇ ਸਿੱਖ ਵੀ ਨਜ਼ਰ ਨਹੀਂ ਆਉਣੇ ਸਨ। ਇਹ ਸ਼ਹੀਦਾਂ ਦਾ ਪਰਉਪਕਾਰ ਹੈ, ਸ਼ਹੀਦਾਂ ਦੀ ਮਹਾਨ ਦੇਣ ਹੈ। ਸ਼ਹੀਦਾਂ ਨੇ ਸਾਡੀ ਕੌਮ ਨੂੰ ਸ਼ਹਾਦਤਾਂ ਦੇ ਕੇ ਹਮੇਸ਼ਾ ਲਈ ਅਮਰ ਕੀਤਾ, ਔਰ ਸ਼ਹੀਦੀਆਂ ਹੀ ਕੌਮਾਂ ਵਿੱਚ ਧਰਮ ਨੂੰ ਪ੍ਰਪੱਕ ਕਰਦੀਆਂ।
ਧਰਮ ਦੇ ਅਸੂਲਾਂ ਨੂੰ ਦ੍ਰਿੜਤਾ ਦਿੰਦੀਆਂ ਹਨ, ਧਰਮ ਦੇ ਅਸੂਲਾਂ ਨੂੰ ਹੋਰ ਰੰਗ ਸ਼ਹੀਦਾਂ ਦੀ ਰੱਤ ਚਾੜ ਦਿੰਦੀ ਹੈ, ਬਲਕਿ ਗੂੜਾ ਰੰਗ ਸ਼ਹੀਦਾਂ ਦੀ ਰੱਤ ਨਾਲ ਉਸ ਧਰਮ ਦੇ ਸਿਧਾਂਤਾਂ 'ਤੇ ਚੜ੍ਹ ਜਾਂਦਾ ਜਿਸ ਧਰਮ ਲਈ ਸ਼ਹੀਦ ਸ਼ਹੀਦੀਆਂ ਦਿੰਦੇ ਹੈ। ਲਾਲ ਰੰਗ ਤਿਸਕਉ ਲੱਗਾ ਜਿਸਕੇ ਵਡਭਾਗਾ, ਮਹਿਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਔਰ ਸਾਧ ਸੰਗਤ ਜੀ, ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੀ ਕੌਮਾਂ ਨੂੰ ਰਾਜ ਭਾਗ ਅਤੇ ਤਖਤ ਪ੍ਰਾਪਤ ਹੁੰਦੇ ਹੈ। ਆਰਥਿਕ ਪੱਖ ਵੀ ਸ਼ਹੀਦਾਂ ਦੀ ਕਿਰਪਾ ਨਾਲ ਹੀ ਬਲਵਾਨ ਹੁੰਦਾ।